ਪਿਆਰੇ ਦੋਸਤੋ, ਅੱਜ ਮੈਂ ਵੀਡੀਓ ਤਾਂ ਕਿਸੇ ਹੋਰ ਸੱਭਿਆਚਾਰਕ ਮਸਲੇ ਬਾਰੇ ਪਾਉਣੀ ਚਾਹੁੰਦਾ ਸੀ, ਪਰ ਅਚਾਨਕ ਹੀ ਮੈਨੂੰ ਲੱਗਿਆ ਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਜੀਓਪੋਲਿਟਿਕਸ ਬਾਰੇ ਬਹੁਤ ਘੱਟ ਕੰਸਰਨ ਰਹਿੰਦੇ ਆ। ਮੈਂ ਸੋਸ਼ਲ ਮੀਡੀਆ 'ਤੇ ਦੇਖਿਆ ਕਿ ਬੰਗਲਾਦੇਸ਼ ਬਾਰੇ, ਜੋ ਕੁਝ ਬੰਗਲਾਦੇਸ਼ ਬਾਰੇ ਹੋ ਰਿਹਾ ਉਸ ਬਾਰੇ ਬਹੁਤ ਘੱਟ ਜਾਣਕਾਰੀ ਆ ਜਾਂ ਘੱਟ ਉਹਦੇ ਬਾਰੇ ਚਰਚਾ ਹੋ ਰਹੀ ਆ, ਜਦੋਂ ਕਿ ਅੱਜ ਕਿਸੇ ਵੀ ਦੇਸ਼ ਦੇ ਬਸ਼ਿੰਦੇ ਉੱਪਰ ਅੰਤਰਰਾਸ਼ਟਰੀ ਘਟਨਾਵਾਂ ਦਾ ਬਹੁਤ ਅਸਰ ਪੈਂਦਾ ਹੈ। ਤਾਂ ਸਾਨੂੰ ਸਾਰੀ ਦੁਨੀਆ ਦੇ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਜ਼ਰੂਰ ਜਾਣਕਾਰੀ ਹੋਣੀ ਚਾਹੀਦੀ ਹੈ। ਇੱਕ ਇਹ ਜਾਣਕਾਰੀ ਦਾ ਜਿਹੜਾ ਭਾਗ ਆ ਉਹ ਅਖਬਾਰੀ ਖਬਰਾਂ ਜਾਂ ਰੇਡੀਓ ਦੀਆਂ ਖਬਰਾਂ ਜਾਂ ਟੈਲੀਵਿਜ਼ਨ ਦੀਆਂ ਖਬਰਾਂ ਨੇ। ਉਹਦੇ ਵਿੱਚ ਸਿੱਧੀ ਸਾਦੀ ਗੱਲ ਕਿ ਸਾਡਾ ਇੱਕ ਗੁਆਂਢੀ ਬੰਗਲਾਦੇਸ਼, ਜਿਹੜਾ ਪਾਕਿਸਤਾਨ ਪੂਰਬੀ ਅਤੇ ਪੱਛਮੀ ਪਾਕਿਸਤਾਨ ਬਣੇ ਸੀ ਦੇਸ਼ ਦੀ ਆਜ਼ਾਦੀ ਸਮੇਂ, ਉਹਦੇ ਵਿੱਚੋਂ ਟੁੱਟ ਕੇ ਜਿਹੜਾ ਪੂਰਬੀ ਪਾਕਿਸਤਾਨ ਆ ਉਹ ਬੰਗਲਾਦੇਸ਼ ਬਣਿਆ। ਉਹ ਬੰਗਲਾਦੇਸ਼ ਬਣਾਉਣ ਦੇ ਵਿੱਚ ਭਾਰਤ ਦਾ ਇੱਕ ਵੱਡਾ ਹੱਥ ਸੀ, ਪੰਜਾਬੀਆਂ ਦਾ ਹੱਥ ਸੀ। ਜਗਜੀਤ ਸਿੰਘ ਅਰੋੜਾ ਹੋਰਾਂ ਦੇ ਸਾਹਮਣੇ ਇਹ ਸਾਰਾ ਕੁਝ ਵਾਪਰਿਆ ਸੀ। ਜਨਰਲ ਸ਼ਵੇਕ ਸਿੰਘ ਵੀ ਉਹਨਾਂ 'ਤੇ ਸ਼ਾਮਿਲ ਸੀਗੇ, ਜਿਹੜਾ ਮੁਕਤੀ ਵਾਣੀ ਜਦੋਂ ਬਣਾਈ ਗਈ ਸੀ। ਇੱਕ ਤਰ੍ਹਾਂ ਨਾਲ ਉਹ ਜਿਹੜੇ ਸ਼ੇਖ ਮੁਜੀਬ ਰਹਿਮਾਨ ਸੀ ਉਹ ਇੱਕ ਤਰ੍ਹਾਂ ਦਾ ਨਾਇਕ ਬਣ ਕੇ ਉੱਭਰੇ ਸੀ ਕਿ ਉਹਨਾਂ ਨੇ ਉਰਦੂ ਦੇ ਖਿਲਾਫ, ਉਹਨਾਂ ਨੇ ਕਹਿ ਸਕਦੇ ਹਾਂ ਕਿ ਪਾਕਿਸਤਾਨ ਦੀ ਡਿਕਟੇਟਰਸ਼ਿਪ ਦੇ ਖਿਲਾਫ ਇੱਕ ਸੰਘਰਸ਼ ਕੀਤਾ ਸੀ। ਭਾਰਤ ਨੇ ਉਹਨਾਂ ਦਾ ਸਾਥ ਦਿੱਤਾ ਸੀ, ਤਾਂ ਉੱਥੇ ਬੰਗਲਾਦੇਸ਼ ਹੋਂਦ 'ਚ ਆਇਆ ਸੀ। ਇਹ ਭਾਰਤ ਦੇ ਲਈ ਇੱਕ ਵੱਡੀ ਪ੍ਰਾਪਤੀ ਸੀ। ਉਸ ਤੋਂ ਬਾਅਦ ਉਹਨਾਂ ਦਾ ਕਤਲ ਹੋ ਜਾਂਦਾ, ਪਰਿਵਾਰ ਦੇ ਜੀਆਂ ਦਾ ਕਤਲ ਹੋ ਜਾਂਦਾ, ਪਰ ਉਹਨਾਂ ਦੀ ਇਹ ਬੇਟੀ ਵਿਦੇਸ਼ ਵਿੱਚ ਹੋਣ ਕਰਕੇ ਸ਼ੇਖ ਹਸੀਨਾ ਬਚ ਰਹਿੰਦੀ ਹੈ। ਕਾਫੀ ਉਥਲ ਪੁਥਲ ਤੋਂ ਬਾਅਦ ਉਹ ਇੱਕ ਵਾਰ ਚੋਣ ਜਿੱਤ ਕੇ ਪ੍ਰਧਾਨ ਮੰਤਰੀ ਬਣਦੀ ਆ, ਫਿਰ ਦੂਜੀ ਵਾਰ ਪ੍ਰਧਾਨ ਮੰਤਰੀ ਬਣਦੀ ਆ। ਇਸ ਸਮੇਂ ਦੌਰਾਨ ਹੁਣ ਉਹ ਪਿਛਲੇ ਲੰਮੇ ਸਮੇਂ ਤੋਂ 15 ਸਾਲਾਂ ਤੋਂ ਉਹ ਪ੍ਰਧਾਨ ਮੰਤਰੀ ਬਣਦੀ ਆ ਰਹੀ ਹੈ। ਇੱਕ ਤਰ੍ਹਾਂ ਨਾਲ ਇੱਕ ਦ੍ਰਿਸ਼ਟੀਕੋਣ ਹੈ ਕਿ ਉੱਥੇ ਉਹਨਾਂ ਨੇ ਇੱਕ ਰੈਜ਼ਰਵੇਸ਼ਨ ਦਿੱਤੀ ਹੋਈ ਸੀ। ਕਿਹਨਾਂ ਨੂੰ ਰੈਜ਼ਰਵੇਸ਼ਨ ਦਿੱਤੀ ਸੀ? ਕਿ ਜਿਨ੍ਹਾਂ ਨੇ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲਿਆ ਸੀ। ਪਰ ਕਿੰਨੇ ਪ੍ਰਤੀਸ਼ਤ ਲੋਕਾਂ ਨੇ ਹਿੱਸਾ ਲਿਆ ਸੀ? ਰੈਜ਼ਰਵੇਸ਼ਨ ਹੈ ਜਿਹੜੀ ਉਹ 30%, ਅਤੇ ਜਿਹੜੀ ਉਹਨਾਂ ਨੇ ਹਿੱਸਾ ਜਿਨ੍ਹਾਂ ਨੇ ਲਿਆ ਹੋਣਾ ਉਹ 1 ਨਹੀਂ ਤਾਂ 2% ਹੋਣਗੇ। ਗੈਰ ਅਨੁਪਾਤਕ ਸੀ, ਲੋਕ ਇਹਨੂੰ ਬਹੁਤਾ ਇਸ ਗੱਲ ਨੂੰ ਪਸੰਦ ਨਹੀਂ ਕਰ ਰਹੇ ਸੀ। ਜਦੋਂ ਕਿ 26% ਆ ਜਿਹੜੀ ਉਹ ਹੋਰ ਚੀਜ਼ਾਂ 'ਤੇ ਵੀ ਰੈਜ਼ਰਵੇਸ਼ਨ ਹੈਗੀ ਆ, ਕਹਿ ਸਕਦੇ ਹੈਗੇ ਹਾਂ ਕਿ ਦੂਰ ਦਰਾਜ ਲਈ, ਰੂਰਲ ਲਈ, ਔਰਤਾਂ ਲਈ, ਤਾਂ ਕੁੱਲ 56% ਬਣ ਗਈ ਸੀ। ਇਹਦੇ ਖਿਲਾਫ ਇਹ ਬਹਾਨਾ ਬਣਿਆ, ਪਰ ਅਸਲ ਕਾਰਨ ਕੀ ਹੈਗਾ? ਅਸਲ ਕਾਰਨ ਇਹ ਕਿ ਉੱਥੇ ਬੇਚੈਨੀ ਬਹੁਤ ਆ। ਕਿਸ ਕਾਰਨ ਕਰਕੇ ਬੇਚੈਨੀ? ਇੱਕ ਇੱਥੇ ਗੱਲ ਹੋਰ ਬੜੀ ਮਹੱਤਵਪੂਰਨ ਆ, ਅਤੇ ਕਿਹਾ ਤਾਂ ਇਹ ਜਾਂਦਾ ਸੀ ਕਿ ਬੰਗਲਾਦੇਸ਼ ਦੀ GDP ਤੇਜ਼ੀ ਨਾਲ ਵੱਧ ਰਹੀ ਆ, ਬੰਗਲਾਦੇਸ਼ ਦੀ ਵਿਕਾਸ ਦਰ ਬੜੀ ਤੇਜ਼ੀ ਨਾਲ ਵੱਧ ਰਹੀ ਆ, ਬੰਗਲਾਦੇਸ਼ 29 ਦੀ ਰਾਹ 'ਤੇ ਆ। ਪਰ ਅਸਲ ਗੱਲ ਕੀ ਸੀ ਕਿ ਅਮੀਰ ਹੋਰ ਅਮੀਰ ਹੋ ਰਹੇ ਸੀ, ਹਾਂ GDP ਵੱਧ ਰਹੀ ਸੀਗੀ ਜਿਹੜੀ ਔਸਤ ਆ, ਪਰ ਗਰੀਬ ਆ ਜਿਹੜਾ ਉਹ ਗਰੀਬ ਹੁੰਦਾ ਜਾਂਦਾ ਸੀ, ਅਮੀਰ ਆ ਜਿਹੜਾ ਉਹ ਅਮੀਰ ਹੁੰਦਾ ਜਾਂਦਾ ਸੀਗਾ। ਨੌਕਰੀਆਂ ਘਾਟ ਸੀ, ਬੇਰੁਜ਼ਗਾਰੀ ਵੱਡੀ ਪੱਧਰ 'ਤੇ ਸੀ। ਇਸੇ ਕਾਰਨ ਕਰਕੇ ਉਹ ਜਿਹੜੀ ਬੇਚੈਨੀ ਆ ਉਹ ਬਾਹਰ ਆਈ ਅਤੇ ਤਖਤਾ ਪਲਟ ਹੋ ਗਿਆ। ਹੁਣ ਜਦੋਂ ਤਖਤਾ ਪਲਟ ਹੁੰਦਾ ਤਾਂ ਤਖਤਾ ਪਲਟ ਕੇ ਜਿਹੜੀਆਂ ਸ਼ਕਤੀਆਂ ਦੇ ਹੱਥ, ਇੱਕ ਵਾਰ ਤਾਂ ਫੌਜ ਨੇ ਸੱਤਾ ਉੱਥੇ ਸੰਭਾਲ ਲਈ,
ਪਰ ਅੰਤਰਮ ਸਰਕਾਰ ਬਣਾਉਣ ਦੀ ਕੋਸ਼ਿਸ਼ ਹੋ ਰਹੀ ਆ। ਕੌਣ ਬਣਦਾ? ਨਿਸ਼ਚੇ ਹੀ ਜਿਹੜੀ ਦੂਸਰੀ ਪੋਲੀਟੀਕਲ ਪਾਰਟੀ ਸੀਗੀ ਉਹਨਾਂ ਦੀ ਜਿਹੜੀ ਨੇਤਾ ਸੀਗੀ ਜਾਂ ਖਾਲਿਦਾ, ਉਹ ਉਹਨਾਂ ਨੂੰ ਹੁਣ ਰਿਹਾਅ ਕਰਨ ਦੀ ਗੱਲ ਹੋ ਰਹੀ ਆ। ਤਾਂ ਜਿਹੜੀ ਅੰਤਰਮ ਸਰਕਾਰ ਬਣੂਗੀ ਉਹ ਕਿਹਾ ਜਾ ਸਕਦਾ ਕਿ ਸ਼ੇਖ ਹਸੀਨਾ ਦੇ ਸਾਰੇ ਵਿਰੋਧੀ ਤਾਂ ਘੱਟੋ ਘੱਟ ਉਹਦੇ ਵਿੱਚ ਸ਼ਾਮਿਲ ਹੋਣਗੇ, ਫੌਜ ਵੀ ਇਹ ਸ਼ਾਮਿਲ ਹੋਊਗੀ, ਹੋ ਸਕਦਾ ਵਿਦਿਆਰਥੀ ਵੀ ਇਹ ਸ਼ਾਮਿਲ ਹੋਣ। ਕਿਹਾ ਜਾਂਦਾ ਕਿ ਜਿਹੜੇ ਉਹਨਾਂ ਦੇ ਨੋਬਲ ਲੋਰੀਏਟ ਆ ਯੂਨਸ ਮੁਹੰਮਦ, ਉਹਨਾਂ ਨੇ ਸ਼ਾਇਦ ਹਾਂ ਕਰ ਦਿੱਤੀ ਕਿ ਜੇ ਫੌਜ ਅਤੇ ਵਿਦਿਆਰਥੀ ਸਹਿਮਤ ਨੇ ਤਾਂ ਮੈਂ ਇੱਥੇ ਇਹ ਅੰਤਰਮ ਸਰਕਾਰ ਚਲਾਉਣ ਲਈ ਰਾਜ਼ੀ ਹੋ ਜਾਂਦਾ। ਚਲੋ ਇਹ ਤਾਂ ਅਸੀਂ ਇਹ ਆਸ ਕਰੀਏ ਕਿ ਉੱਥੇ ਡੈਮੋਕ੍ਰੇਸੀ ਦੁਬਾਰਾ ਆਵੇ, ਉੱਥੇ ਅੰਤਰਮ ਸਰਕਾਰ ਦੇ ਅਤੇ ਫੌਜ ਹੀ ਨਾ ਉੱਥੇ ਟਿਕ ਕੇ ਬਹਿ ਜੇ ਜਿਵੇਂ ਸਾਡੇ ਗੁਆਂਢੀ ਮੁਲਕਾਂ ਦੇ ਵਿੱਚ ਹੁੰਦਾ ਆਇਆ, ਖਾਸ ਕਰਕੇ ਜਿਵੇਂ ਪਾਕਿਸਤਾਨ ਦੇ ਵਿੱਚ ਹੁੰਦਾ ਰਹਿੰਦਾ ਕਿ ਇਹ ਨਾ ਹੋਵੇ ਕਿ ਉੱਥੇ ਫੌਜ ਹੀ ਪੱਕਾ ਤੌਰ 'ਤੇ ਬਹਿ ਜੇ। ਆਪਾਂ ਚਾਹੁੰਦੇ ਹਾਂ ਕਿ ਉੱਥੇ ਜਮਹੂਰੀ ਤੌਰ 'ਤੇ ਚੁਣੀ ਹੋਈ ਸਰਕਾਰ ਆਵੇ। ਪਰ ਇਹ ਜਿਹੜੇ ਹਸੀਨਾ, ਸ਼ੇਖ ਹਸੀਨਾ ਦਾ ਤਖ਼ਤਾ ਪਲਟ ਹੋਇਆ ਕਿਉਂ? ਕਿਉਂਕਿ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਕਿ ਉਹ ਡੈਮੋਕ੍ਰੇਟਿਕ ਢੰਗ ਨਾਲ ਚੁਣੇ ਸੀ। ਕੀ ਉਹ ਸੱਚਮੁੱਚ ਡੈਮੋਕ੍ਰੇਟਿਕ ਢੰਗ ਨਾਲ ਚੁਣੇ ਸੀ? ਕਿਉਂਕਿ ਕਿਹਾ ਜਾਂਦਾ ਕਿ ਪਿਛਲੀ ਵਾਰੀ ਜਿਹੜੀ ਉਹਦੇ ਟਰਨ ਆਊਟ ਆ ਉਹ ਤਾਂ 40% ਸੀ, 40% ਲੋਕਾਂ ਨੇ ਵੋਟਾਂ ਪਾਈਆਂ, ਉਹਦੇ ਵਿੱਚੋਂ ਉਹ ਜਿੱਤੀ ਸੀ। ਪਰ ਇੱਥੋਂ ਇਹ ਵੀ ਜਾਪਦਾ ਕਿ ਲੋਕ ਉਹਦੇ ਨਾਲ ਨਹੀਂ ਸੀ। ਇੱਕ ਹੈਰਾਨੀ ਵਾਲੀ ਗੱਲ ਆ ਕਿ ਇਹਦੇ ਨਾਲ ਦੋ ਬੜੇ ਸੀਰੀਅਸ ਫਿਲੋਸਫੀਕਲ ਕੁਐਸਚਨ ਪੈਦਾ ਹੁੰਦੇ ਆ। ਇੱਕ ਫਿਲੋਸਫੀਕਲ ਕੁਐਸਚਨ ਪੈਦਾ ਇਹ ਹੁੰਦਾ ਕਿ ਜਿਹੜੇ ਨਾਇਕ ਨੇ ਉਹ ਹੀ ਖਲਨਾਇਕਾਂ ਵਿੱਚ ਕਿਉਂ ਬਦਲ ਜਾਂਦੇ ਨੇ? ਜਿਹੜੇ ਬੰਦਿਆਂ ਨੇ ਕਿਸੇ ਵੇਲੇ ਆਜ਼ਾਦੀ ਲੈ ਕੇ ਦਿੱਤੀ ਹੁੰਦੀ ਆ, ਬੜੇ ਹਰਮਨ ਪਿਆਰੇ ਹੁੰਦੇ ਆ, ਨੇਤਾ ਥੱਲਿਓਂ ਉੱਠੇ ਹੁੰਦੇ ਆ, ਕੁਝ ਦੇਰ ਬਾਅਦ ਉਹ ਖੁਦ ਡਿਕਟੇਟਰ ਕਿਉਂ ਬਣ ਬੈਠਦੇ ਆ? ਹਾਂ ਠੀਕ ਆ ਕਿ ਸ਼ੇਖ ਦਾ ਤਾਂ ਕਤਲ ਹੋ ਗਿਆ ਸੀ, ਪਰ ਉਹਨਾਂ ਦੀ ਬੇਟੀ ਡਿਕਟੇਟਰ ਕਿਉਂ ਬਣ ਬੈਠੀ? ਕੀ ਇਹ ਦੁਨੀਆ ਭਰ ਦੇ ਵਿੱਚ ਇਹ ਦਸਤੂਰ ਤਾਂ ਨਹੀਂ ਕਿ ਬੰਦੇ ਜਦੋਂ ਬਾਗੀ ਹੁੰਦੇ ਆ, ਜਦੋਂ ਇਨਕਲਾਬੀ ਹੁੰਦੇ ਆ, ਉਦੋਂ ਸੱਚੇ ਸੁੱਚੇ ਹੁੰਦੇ ਆ, ਪਰ ਜਦੋਂ ਸੱਤਾ ਵਿੱਚ ਆ ਜਾਂਦੇ ਆ ਤਾਂ ਸੱਤਾ ਉਹਨਾਂ ਨੂੰ ਕਰਪਟ ਕਰ ਦਿੰਦੀ ਆ, ਉਹਨਾਂ ਨੂੰ ਡਿਕਟੇਟਰ ਬਣਾ ਦਿੰਦੀ ਆ? ਕਿਤੇ ਇਹ ਗੱਲ ਤਾਂ ਨਹੀਂ? ਬੜਾ ਸੀਰੀਅਸ ਗੱਲ ਹੈਗੀ ਆ ਕਿ ਇਹ ਇੱਕ ਮਸਲਾ। ਦੂਸਰਾ ਇਹ ਕਿ ਜਿਹਨੂੰ ਅਸੀਂ ਡੈਮੋਕ੍ਰੇਸੀ ਕਹਿੰਦੇ ਹਾਂ, ਕੀ ਇਹ ਸੱਚਮੁੱਚ ਡੈਮੋਕ੍ਰੇਸੀ ਹੁੰਦੀ ਵੀ ਆ ਜਾਂ ਨਹੀਂ, ਜਾਂ ਡੈਮੋਕ੍ਰੇਸੀ ਦਾ ਵੀ ਅਪਹਰਣ ਹੋ ਜਾਂਦਾ ਕਿ ਦਿਸਦੀਆਂ ਵੋਟਾਂ ਪੈਂਦੀਆਂ, ਦਿਸਦਾ ਇੱਕ ਧਿਰ ਜਿੱਤਦੀ, ਪਰ ਲੋਕ ਅਸਲ ਵਿੱਚ ਉਹਨਾਂ ਨਾਲ ਨਹੀਂ ਹੁੰਦੇ? ਨਹੀਂ ਤਾਂ ਅਜਿਹਾ ਰਾਜ ਪਲਟਾ ਨਹੀਂ ਹੋਣਾ ਚਾਹੀਦਾ ਸੀ। ਤੀਜਾ ਜਿਹੜਾ ਫਿਲੋਸਫੀਕਲ ਕੁਐਸਚਨ, ਪੋਲੀਟੀਕਲ ਫਿਲੋਸਫੀ ਦਾ ਕੁਐਸਚਨ ਉੱਠਦਾ ਉਹ ਇਹ ਕਿ ਬੜੇ ਵਾਰੀ ਅਸੀਂ ਇਹ ਕਹਿ ਦਿੰਦੇ ਹਾਂ ਕਿ ਜੇ GDP ਵੱਧਦੀ ਆ, ਵਿਕਾਸ ਵੱਧਦਾ ਤਾਂ ਸ਼ਾਇਦ ਦੇਸ਼ ਉੱਨਤੀ ਕਰ ਰਿਹਾ, ਪਰ ਦੇਸ਼ ਦੇ ਵਿੱਚ ਤਾਂ ਬੇਰੁਜ਼ਗਾਰੀ ਵੱਧ ਰਹੀ ਸੀਗੀ, ਬੇਚੈਨੀ ਵੱਧ ਰਹੀ ਸੀ। ਇੱਥੋਂ ਇੱਕ ਗੱਲ ਹੋਰ ਸੁੱਝਦੀ ਆ ਕਿ ਕਈ ਵਾਰ ਜਿਹੜੇ ਅੰਕੜੇ ਆ ਉਹ ਬੜੇ ਭ੍ਰਮਤ ਹੁੰਦੇ ਆ, ਜਾਂ ਸੱਤਾਧਾਰੀ ਧਿਰ ਵੱਲੋਂ ਇੱਕ ਵਰਤਾਂਤ ਸਿਰਜਿਆ ਹੁੰਦਾ, ਇਹ ਇੱਕ ਹੋਰ ਮਸਲਾ ਹੈਗਾ। ਇਹ ਮਸਲੇ ਤਾਂ ਫਿਲੋਸਫੀ ਦੇ ਮਸਲੇ ਨੇ, ਜਿਹੜੇ ਮਸਲੇ ਹੁਣ ਤੁਰੰਤ ਉੱਠਣ ਵਾਲੇ ਨੇ। ਉਹਨਾਂ ਵਿੱਚੋਂ ਇੱਕ ਮਸਲਾ ਉੱਠਣ ਵਾਲਾ ਹੈ ਕਿ ਸਾਡੇ ਦੇਸ਼ ਦੀ ਬਹੁਤ ਵੱਡੀ ਜਿਹੜੀ ਇਨਵੈਸਟਮੈਂਟ ਆ ਉਹ ਬੰਗਲਾਦੇਸ਼ ਵਿੱਚ, ਬੰਗਲਾਦੇਸ਼ ਨਾਲ ਵਪਾਰ, ਇਹ ਵਪਾਰ ਹੁਣ ਇੱਕ ਵਾਰ ਠੱਪ ਹੋਵੇਗਾ, ਇੱਕ ਮਸਲਾ। ਇਨਵੈਸਟਮੈਂਟ ਉੱਥੇ ਫਸ ਤਾਂ ਨਹੀਂ ਜਾਵੇਗੀ, ਇਹ ਇੱਕ ਮਸਲਾ, ਆਰਥਿਕ ਮਸਲਾ। ਦੂਸਰਾ ਜਿਹੜਾ ਮਸਲਾ ਹੈਗਾ ਕਿ ਆਂਢੀਆਂ ਗੁਆਂਢੀਆਂ ਨਾਲ ਸਾਡੀ ਪਹਿਲਾਂ ਹੀ ਨਹੀਂ ਬਣਦੀ, ਪਾਕਿਸਤਾਨ ਨਾਲ ਨਹੀਂ ਬਣਦੀ, ਚੀਨ ਨਾਲ ਨਹੀਂ ਬਣਦੀ, ਬਰਮਾ ਨਾਲ ਨਹੀਂ ਬਣਦੀ, ਕੋਈ ਨੇਪਾਲ ਨਾਲ ਵੀ ਬਹੁਤੀ ਨਹੀਂ ਬਣਦੀ, ਲੰਕਾ ਨਾਲ ਨਹੀਂ ਬਣਦੀ, ਮਾਲਦੀਵ ਨਾਲ ਨਹੀਂ ਬਣਦੀ। ਇੱਕ ਬੰਗਲਾਦੇਸ਼ ਸੀ ਕਿ ਜਿਹਦੇ ਨਾਲ ਸਾਡੇ ਸੰਬੰਧ ਕੁਝ ਚੰਗੇ ਸੀ, ਪਰ ਕੀ ਹੁਣ ਨਵੀਂ ਸਰਕਾਰ ਨਾਲ ਵੀ ਇਹ ਚੰਗੇ ਰਹਿਣਗੇ?
ਉਹਦੇ ਵਿੱਚ ਇੱਕ ਆ ਕੇ ਪੇਚ ਹੋਰ ਫਸ ਜਾਂਦਾ। ਉਹ ਪੇਚ ਇਹ ਫਸ ਜਾਂਦਾ ਕਿ ਇਸ ਵੇਲੇ ਜਿਹੜੀ ਸ਼ੇਖ ਹਸੀਨਾ ਉਹ ਭਾਰਤ ਦੇ ਗਾਜ਼ੀਆਬਾਦ ਦੇ ਹਵਾਈ ਅੱਡੇ 'ਤੇ ਫਸੀ ਹੋਈ ਆ। ਇੰਗਲੈਂਡ ਉਹਨੇ ਜਾਣਾ ਸੀ ਕਿਉਂਕਿ ਸ਼ਾਇਦ ਉਹਦੀ ਭੈਣ ਉੱਥੇ ਰਹਿੰਦੀ ਆ ਜਾਂ ਇੰਗਲੈਂਡ ਦੇ ਵਿੱਚ ਉਹ ਸ਼ਰਨ ਲੈਣਾ ਚਾਹੁੰਦੀ ਸੀਗੀ, ਪਰ ਉਹਨਾਂ ਨੇ ਆਪਣੀਆਂ ਸਥਿਤੀਆਂ ਦੇ ਕਾਰਨ ਨਾ ਕਰ ਦਿੱਤੀ। ਕੀ ਕੋਈ ਹੋਰ ਇਸਲਾਮਿਕ ਕੰਟਰੀ ਉਹਨਾਂ ਨੂੰ ਲੈਣ ਨੂੰ ਤਿਆਰ ਹੋਊਗਾ? ਖਾਸ ਕਰਕੇ ਜੇ ਆਪਾਂ ਖਾੜੀ ਦੇਸ਼ਾਂ ਦੀ ਗੱਲ ਕਰੀਏ, ਜਿਵੇਂ ਜੇ ਉਹ ਵੀ ਨਹੀਂ ਲੈਂਦੇ, ਜਾਂ ਸਾਊਦੀ ਅਰਬ ਵੀ ਨਹੀਂ ਲੈਂਦਾ, ਜਾਂ ਤਾਂ ਫਿਰ ਉਹ ਜਾਵੇਗੀ ਕਿੱਥੇ? ਕੀ ਭਾਰਤ ਵਿੱਚ ਹੀ ਤਾਂ ਨਹੀਂ ਉਹਨੂੰ ਟਿਕਣਾ ਪਵੇਗਾ? ਕੀ ਭਾਰਤ ਨਾਲ ਜੇ ਟਿਕੀ ਤਾਂ ਕੀ ਫਿਰ ਬੰਗਲਾਦੇਸ਼ ਦੀ ਸਰਕਾਰ ਉਹਨਾਂ ਨਾਲ ਠੀਕ ਵਿਵਹਾਰ ਕਰੇਗੀ? ਇਹ ਵੀ ਇੱਕ ਵੱਡਾ ਪ੍ਰਸ਼ਨ ਹੈ। ਇੱਕ ਪ੍ਰਸ਼ਨ ਇਹ ਕਿ ਵੱਡੀ ਪੱਧਰ 'ਤੇ ਜਿਹੜੇ ਰਿਫਿਊਜ਼ੀ ਆ ਉਹਨਾਂ ਦਾ ਆਮਦ ਹੋ ਸਕਦੀ ਆ ਭਾਰਤ ਵਿੱਚ। ਇੱਕ ਤਾਂ ਇਹ ਕਿ ਸਭ ਤੋਂ ਜਿਹੜੀ ਮਾੜੀ ਗੱਲ ਕਿ ਜਦੋਂ ਵੀ ਦੇਸ਼ ਵਿੱਚ ਅਰਾਜਕਤਾ ਜਾਂ ਬਾਦਅਮਨੀ ਫੈਲਦੀ ਆ ਤਾਂ ਜਿਹੜੀ ਘੱਟ ਗਿਣਤੀ ਆ ਉਹ ਨਿਸ਼ਾਨੇ ਬਣ ਜਾਂਦਾ। ਤਾਂ ਉੱਥੇ ਜਿਹੜੇ ਹੈਗੇ ਆ ਹਿੰਦੂ ਅਤੇ ਸਿੱਖ ਭਾਈਚਾਰਾ ਹੈਗਾ, ਉੱਥੇ ਗੁਰਦੁਆਰੇ ਵੀ ਨੇ ਮੰਦਰ ਵੀ ਨੇ, ਪਰ ਜਿਹੜੀ ਹਿੰਦੂ ਭਾਈਚਾਰਾ ਉਹ ਲਗਭਗ ਉਹ ਵੱਡੀ ਗਿਣਤੀ ਦੇ ਵਿੱਚ ਆ, 1 ਕਰੋੜ ਦੇ ਕਰੀਬ ਆ। ਜੇ ਉੱਥੇ ਅਸੁਰੱਖਿਅਤ ਮਹਿਸੂਸ ਕਰਦਾ, ਜਿਵੇਂ ਕੁਝ ਅਪੁਸ਼ਟ ਜਿਹੀਆਂ ਖਬਰਾਂ ਆ ਰਹੀਆਂ ਕਿ ਉਹਨਾਂ 'ਤੇ ਹਮਲੇ ਹੋ ਰਹੇ ਨੇ, ਜੇ ਉਹ ਸਾਰੇ ਇੰਡੀਆ ਆਉਂਦੇ ਨੇ, ਕੀ ਸਾਡਾ ਦੇਸ਼ ਉਹਨਾਂ ਨੂੰ ਸਾਰਿਆਂ ਨੂੰ ਨਾਗਰਿਕਤਾ ਦੇਊਗਾ? ਸਾਡਾ ਦੇਸ਼ ਇੰਨਾ ਬੋਝ ਝੱਲਣ ਦੇ ਸਮਰੱਥ ਆ? ਫਿਰ ਜਿਹੜੇ ਬੰਦੇ ਸ਼ੇਖ ਹਸੀਨਾ ਦੇ ਸਮਰਥਕ ਹੋਣਗੇ ਉਹਨਾਂ ਨੂੰ ਉੱਥੇ ਮਾਰਿਆ ਜਾ ਰਿਹਾ। ਜਿਹੜੇ ਪਾਰਟੀ ਦੇ ਬੰਦੇ ਨੇ ਉਹਨਾਂ ਦੇ ਦਫ਼ਤਰ ਜਲਾ ਤੇ, ਉਹਨਾਂ ਦੇ ਘਰਾਂ 'ਤੇ ਅਟੈਕ ਹੋ ਗਿਆ, ਮਾਰੇ ਜਾ ਰਹੇ, ਉਹ ਬੰਦੇ ਵੀ ਡਰ ਕੇ ਭਾਰਤ ਵਿੱਚ ਸ਼ਰਨ ਲੈਣਗੇ? ਤਾਂ ਐਡਾ ਲੰਮਾ ਜਿਹੜਾ ਬਾਰਡਰ ਆ ਉਹਨੂੰ ਸੀਲ ਕਰਨਾ ਬਹੁਤ ਮੁਸ਼ਕਲ ਹੈਗਾ, ਫਿਰ ਕਿਵੇਂ ਸੀਲ ਕੀਤਾ ਜਾਊਗਾ? ਇਹ ਇੱਕ ਹੋਰ ਮਸਲਾ ਹੈਗਾ। ਇਹਨਾਂ ਮਸਲਿਆਂ ਤੋਂ ਇਲਾਵਾ ਮਸਲੇ ਆ ਜਿਹੜੇ ਉਹ ਇਦੋਂ ਵੀ ਵੱਡੇ ਉੱਠਣ ਦੀ ਸੰਭਾਵਨਾ ਹੈਗੀ ਆ। ਚੰਗੀ ਗੱਲ ਆ ਕਿ ਭਾਰਤ ਨੇ ਇੱਕ ਵਾਰ ਤਾਂ ਇਹ ਕਿਹਾ ਕਿ ਅਸੀਂ ਇੱਕ ਵਾਰ ਸਾਰੇ ਇਕੱਠੇ ਹੋ ਕੇ ਇਹ ਸਾਰੇ ਮਸਲੇ ਦਾ ਹੱਲ ਕਰਾਂਗੇ। ਪਤਾ ਨਹੀਂ ਇਹ ਕਰ ਸਕਣਗੇ ਕਿ ਨਹੀਂ ਕਰ ਸਕਣਗੇ। ਇਸ ਸਥਿਤੀ ਦੇ ਵਿੱਚ ਬੜੀ ਗੰਭੀਰ ਸਥਿਤੀ ਹੈਗੀ ਹੈ। ਭਾਰਤ ਸਰਕਾਰ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬੜਾ ਧਿਆਨ ਰੱਖਣਾ ਪਵੇਗਾ, ਆਪਣੀ ਵਿਦੇਸ਼ ਨੀਤੀ ਦੇ ਬਾਰੇ ਵੀ, ਆਪਣੀ ਵਿਦੇਸ਼ਾਂ ਦੇ ਵਿੱਚ ਜਿਹੜੀ ਕਮਰਸ ਆ ਉਹਦੇ ਬਾਰੇ ਵੀ। ਅਤੇ ਸਭ ਤੋਂ ਜਿਹੜੀ ਵੱਡੀ ਗੱਲ ਹੈਗੀ ਆ ਕਿ ਦੇਸ਼ ਨੂੰ ਸਾਰੇ ਦੇਸ਼ਾਂ ਦੇ ਲਈ ਇੱਕ ਸਬਕ ਬੜਾ ਮਹੱਤਵਪੂਰਨ ਆ। ਉਹ ਸਬਕ ਇਹ ਆ ਕਿ ਜਦੋਂ ਸ਼ਾਸਕ ਆਪਣੇ ਵਿਰੁੱਧ ਕੋਈ ਵੀ ਹੋਰ ਅੰਦੋਲਨ ਦੀ ਆਵਾਜ਼ ਨਹੀਂ ਸੁਣਦਾ ਤਾਂ ਉਹਨੂੰ ਫਿਰ ਕਿਸ ਕਿਸਮ ਦਾ ਵਿਰੋਧ ਝੱਲਣਾ ਪੈਂਦਾ? ਇਹ ਹੁਣ ਤੁਸੀਂ ਇਹਨੂੰ ਥੋੜ੍ਹਾ ਜਿਹਾ ਜੋੜ ਕੇ ਦੇਖੋ ਕਿ ਕਿਸਾਨ ਅੰਦੋਲਨ ਦੌਰਾਨ ਅੰਦੋਲਨਕਾਰੀ ਕਿਹਾ ਗਿਆ, ਉਹਨਾਂ ਨੂੰ ਵਿਦੇਸ਼ੀ ਏਜੰਟ ਕਿਹਾ ਗਿਆ, ਉਹਨਾਂ ਨੂੰ ਖਾਲਿਸਤਾਨੀ ਕਿਹਾ ਗਿਆ, ਉਹਨਾਂ ਨੂੰ ਆਤੰਕਵਾਦੀ ਕਿਹਾ ਗਿਆ। ਇਹੋ ਜਿਹੀ ਗਲਤੀ ਹੀ ਸ਼ੇਖ ਹਸੀਨਾ ਨੇ ਕਰੀ ਜਦੋਂ ਉਹਨਾਂ ਨੇ ਵਿਦਿਆਰਥੀਆਂ ਨੂੰ ਰਜ਼ਾਕਾਰ ਬਣਾ ਦਿੱਤਾ। ਮਤਲਬ ਕੀ ਕਿ ਜਿਹੜੇ ਉੱਥੇ ਸ਼ਬਦ ਵਰਤਿਆ ਜਾਂਦਾ ਕਿ ਜਿਨ੍ਹਾਂ ਨੇ ਬੰਗਲਾਦੇਸ਼ ਦੀ ਕੈਮੀ ਸਮੇਂ ਗਦਾਰੀ ਕੀਤੀ ਸੀ, ਜਿਨ੍ਹਾਂ ਨੇ ਬੰਗਲਾਦੇਸ਼ ਬਣਨ ਸਮੇਂ ਸਹਾਇਤਾ ਨਹੀਂ ਕੀਤੀ ਸੀ, ਕਹਿੰਦੇ ਕਿ ਸਾਰੇ ਵਿਦਿਆਰਥੀ ਹੋ। ਮੈਂ ਇਸ ਗੱਲ ਦੀ ਸੰਭਾਵਨਾ ਮੰਨਦਾ ਕਿ ਹੋ ਸਕਦਾ ਹੈਗਾ ਕਿ ਉਹਦੇ ਵਿੱਚ ਸਿਰਫ ਵਿਦਿਆਰਥੀ ਬੇਚੈਨੀ ਨੂੰ ਵਰਤਿਆ ਹੋਵੇ ਵਿਰੋਧੀ ਧਿਰਾਂ ਨੇ,
ਵਿਰੋਧੀ ਧਿਰਾਂ ਦੇ ਵਿੱਚ ਵੀ ਹੋ ਸਕਦਾ ਕਿ ਇੱਕ ਇਸਲਾਮਿਕ ਕੱਟੜਪੰਥੀ ਵੀ ਹੋਣ, ਇਸ ਗੱਲ ਦੀ ਵੀ ਸੰਭਾਵਨਾ ਪਈ ਆ। ਤਾਂ ਉਹ ਇਸਲਾਮਿਕ ਕੱਟੜਪੰਥੀ ਪੈਦਾ ਕਦੋਂ ਹੁੰਦੇ ਆ? ਜਦੋਂ ਲਿਬਰਲ ਡੈਮੋਕਰੇਟ ਆ ਜਿਹੜੇ ਉਹ ਡਿਕਟੋਰੀਅਲ ਐਟੀਚਿਊਡ ਅਪਣਾ ਲੈਂਦੇ ਆ। ਤਾਂ ਇੱਥੋਂ ਦੂਸਰੇ ਦੇਸ਼ਾਂ ਲਈ, ਖਾਸ ਕਰਕੇ ਭਾਰਤ ਦੇ ਸ਼ਾਸਕਾਂ ਨੂੰ ਵੀ ਸਬਕ ਸਿੱਖਣਾ ਚਾਹੀਦਾ ਕਿ ਅੰਦੋਲਨ ਨੂੰ ਐਵੇਂ ਨਹੀਂ ਸਮਝਣਾ ਚਾਹੀਦਾ, ਹਰ ਮਸਲਾ ਜਿਹੜਾ ਉਹ ਸਮਝਣਾ ਚਾਹੀਦਾ, ਗੱਲਬਾਤ ਨਾਲ ਹੱਲ ਕਰਨਾ ਚਾਹੀਦਾ। ਨਹੀਂ ਹਸ਼ਰ ਕਿਹੜਾ ਹੁੰਦਾ? ਜਿਹੜਾ ਸ਼ੇਖ ਹਸੀਨਾ ਦਾ ਹਸਰ ਹੋਇਆ। ਨਾਲ ਦੀ ਨਾਲ ਹੀ ਇਸ ਗੱਲ ਬਾਰੇ ਵੀ ਸਾਨੂੰ ਚੇਤਨ ਰਹਿਣ ਦੀ ਜ਼ਰੂਰਤ ਹੈਗੀ ਆ ਕਿ ਬਹੁਤ ਵਾਰ ਕੀ ਹੁੰਦਾ ਕਿ ਜਿਹੜੀ ਲਿਬਰਲ ਡੈਮੋਕ੍ਰੇਸੀ ਆ ਉਹ ਤਾਂ ਹਟ ਜਾਂਦੀ ਆ, ਪਰ ਉਹਦੀ ਥਾਂ 'ਤੇ ਫਿਰ ਕੱਟੜਪੰਥੀ ਆ ਜਾਂਦੇ ਆ ਜਿਹੜੇ ਲੋਕਾਂ ਦਾ ਹੋਰ ਵੀ ਵੱਧ ਕਚੂੰਬਰ ਕੱਢਦੇ ਆ। ਇਹ ਅਸੀਂ ਤਾਲਿਬਾਨ ਦੇ ਸਥਿਤੀ ਦੇ ਵਿੱਚ ਦੇਖ ਚੁੱਕੇ ਹੈਗੇ ਹਾਂ। ਤਾਂ ਇਸ ਲਈ ਜ਼ਰੂਰੀ ਆ ਕਿ ਜਮਹੂਰੀਅਤ ਬਚੀ ਰਹੇ, ਦੁਨੀਆ ਦੇ ਵਿੱਚ ਅਮਨ ਰਹੇ, ਕਿਸੇ ਵਿਸ਼ੇਸ਼ ਫਿਰਕੇ ਜਾਤ ਧਰਮ ਦੇ ਉੱਤੇ ਅਟੈਕ ਨਾ ਹੋਵੇ, ਕਿ ਸਾਨੂੰ ਉਹਨਾਂ ਕਦਰਾਂ ਕੀਮਤਾਂ ਦੇ ਲਈ ਪਹਿਰਾ ਦੇਣ ਦੀ ਜ਼ਰੂਰਤ ਆ। ਬਹੁਤ ਸਾਰੀਆਂ ਇਹਦੇ ਹੋਰ ਪੱਖ ਨੇ ਜਿਨ੍ਹਾਂ ਬਾਰੇ ਸ਼ਾਇਦ ਇਸ ਵੀਡੀਓ ਵਿੱਚ ਤੁਰੰਤ ਗੱਲ ਨਹੀਂ ਕੀਤੀ ਜਾ ਸਕਦੀ। ਭਵਿੱਖ ਵਿੱਚ ਹੋ ਸਕਦਾ ਹੈਗਾ ਕਿ ਇਸ ਮਸਲੇ 'ਤੇ ਕੋਈ ਹੋਰ ਵੀਡੀਓ ਵੀ ਬਣਾਈਏ। ਅੱਜ ਲਈ ਇੰਨੀਆਂ ਗੱਲਾਂ। ਤੁਸੀਂ ਇਸ ਵਿਸ਼ੇ 'ਤੇ ਕੀ ਵਿਚਾਰ ਰੱਖਦੇ ਹੋ ਜ਼ਰੂਰ ਦੱਸਣਾ। ਮਿਹਰਬਾਨੀ।